ਪਹਾੜ ਵਧੀਆ ਲੱਗਦਾ। 43 ਡਿਗਰੀ ਹੋ ਗਿਆ ਉਹਦੇ 'ਚ, ਪਤਾ ਨਹੀਂ ਕੀ ਅੱਜ 15 ਦਿਨ ਹੋ ਗਏ, ਹੁਣ ਤਾਂ ਦਿਖਾਈ ਦੇ ਯਾਰ। 50 ਸਾਲਾਂ ਦਾ ਰਿਕਾਰਡ ਨੀ ਤੋੜਦਾ, ਇੰਨੀ ਠੰਡ ਕੋਰੀ ਦਿੱਤੀ ਇਹਨਾਂ ਦਾ ਕੋਈ ਹੱਥ ਬਣਦਾ ਯਾਰ ਤੇਰੇ ਮੂਹਰੇ। ਕਾਂਬੇ ਵਾਲਾ ਤਾਪ ਚੜਿਆ ਹੋਇਆ ਤੈਨੂੰ? ਨਾ ਭਰਾਵਾ, ਤੂੰ ਕਿਹੜਾ ਸੂਰ ਖਾਧਾ ਹੈ, ਤੈਨੂੰ ਲੱਗ ਨਹੀਂ ਰਹੀ ਠੰਡ? ਕਮਾਲ ਆ ਯਾਰ, ਦਸੰਬਰ ਦੇ ਮਹੀਨੇ 'ਚ ਤੂੰ ਆਹ ਪਾਈ ਫਿਰਦਾ। ਠੰਡ ਤਾਂ ਹੀ ਲੱਗੂ ਜੇ ਠੰਡ ਹੋਊਗੀ ਬਾਈ, ਤਪਾੜ ਤਾਂ ਭਰੀ ਜਾਂਦਾ ਯਾਰ ਹੱਦ ਹੋਊਗੀ। ਉਹ ਬਾਈ ਠੀਕ ਤਾਂ ਹੈਗਾ ਤੂੰ, ਹੈ ਲੱਗਦਾ ਤੂੰ ਵੀ ਠੀਕ ਹੈਗਾ ਵੀਰੇ, ਹੱਦ ਹੋ ਗਈ ਯਾਰ। ਮੈਨੂੰ ਤੇਰੇ ਸਾਹਮਣੇ ਮੁੜਕਾ ਆਈ ਜਾਂਦਾ, ਭਿੱਜਿਆ ਪਿਆ ਮੈਂ, ਹੱਦ ਹੋ ਗਈ ਯਾਰ ਤੇਰੇ ਲਈ। ਵੀਰੇ ਪਾਗਲ ਪੂਗਲ ਤਾਂ ਨਹੀਂ ਹੈਗਾ ਕਿਤੇ ਤੂੰ, ਪਾਗਲਖਾਨੇ 'ਚ ਤਾਂ ਨਹੀਂ ਭੱਜ ਗਿਆ? ਮੈਂ ਤਾਂ ਇੱਥੇ ਬੈਠਾ ਸੀ, ਆਇਆ ਤੂੰ ਆ, ਤੂੰ ਤਾਂ ਨਹੀਂ ਕਿਤੇ ਭੱਜ ਗਿਆ? ਉਹ ਬਾਈ ਇੰਨੀ ਠੰਡ ਪੈ ਰਹੀ ਹੈ ਯਾਰ, ਤੂੰ ਹੱਦ ਕਰੀ ਜਾਂਦਾ। ਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੀ ਹਾਲ ਆ ਬਾਈ? ਐਤਕੀ ਤਾਂ ਠੰਡ ਨੇ, ਇਹ 2026 ਹੈ ਹੀ ਇਹ ਜਾ ਬਾਈ। 26? ਓਏ ਭਰਾਵਾ 24 ਚੱਲਦਾ, ਤੂੰ ਕਿਹੜੀ ਹੱਦ ਹੋ ਗਈ ਯਾਰ ਤੁਸੀਂ। ਭਰਾਵਾ ਟਾਈਮ ਟਰੈਵਲ ਤੋਂ ਆਇਆ ਗਾ, 26 ਚੱਲਦਾ ਯਾਰ। ਉਹ ਬਾਈ ਹੁਣ ਆਇਆ ਨਾ ਕਹਿੰਦੀ ਵੀ ਜੁਲਾਈ ਦਾ ਮਹੀਨਾ ਚੱਲਦਾ ਹੈ, ਮਹੀਨਾ ਚੱਲ ਪਰ ਹੈ ਓਏ, 7ਵਾਂ ਮਹੀਨੇ ਚੱਲਦਾ ਬਾਈ, ਜੁਲਾਈ ਚੱਲੀ ਜਾਂਦੀ ਹੈ, ਹੱਦ ਹੋ ਗਈ ਯਾਰ, ਹੱਦ ਹੋ ਗਈ ਵੀਰੇ। ਉਹ ਬਸ ਕਰ ਭਰਾਵਾ ਯਾਰ, ਕੋਰਾ ਤਾਂ ਪਹਿਲੀ ਹੀ ਵਾਲਾ ਭਰੀ ਜਾਂਦਾ, ਤੂੰ ਉੱਤੋਂ ਹਵਾ ਦੇਈ ਜਾਂਦਾ ਬਿਨਾਂ ਗੱਲ ਤੋਂ, ਮੂਲੀਆਂ ਕਰਾਏਗਾ ਇਵੇਂ, ਬੱਖੀਆਂ ਨੂੰ ਹਵਾ ਚਾੜ ਲੇਗਾ। ਹੋਰ ਯਾਰ ਵੱਡਾ ਸਮਝ ਨਹੀਂ ਆਉਂਦੀ ਇਹਦੀ, ਮੈਨੂੰ ਕਿਹੋ ਜਿਹਾ ਬੰਦਾ ਬਾਈ, ਮੈਨੂੰ ਲੱਗਦਾ ਕੁਝ ਖਾਂਦਾ ਯਾਰ। ਕਬੂਤਰ ਖਾਂਦਾ ਬਾਈ, 10 ਕਬੂਤਰ ਖਾਂਦਾ, ਕਰਮਾ ਖਾਂਦਾ, ਸਾਰਾ ਕੁਛ ਹੀ ਖਾਂਦਾ ਬਾਈ। ਧੋਣੀ ਪਾਤੀ ਯਾਰ, ਖਾਟੀ ਤੋਤਾ ਬਾਲ ਨਾ ਬਾਲ ਲੈ ਵੀਰੇ ਯਾਰ, ਸਾਡੇ ਪਿਤਾ ਹਿੰਮਤ ਨਹੀਂ ਹੈਗੀ, ਤੂੰ ਬਾਲ ਤੇ ਕਰੇ ਤੇ ਹਿੰਮਤ ਆਈ ਆ ਓਏ, ਨਾ ਚਲਾ ਹਵਾ ਰੱਬਾ ਨਾ ਚਲਾ। ਵੀਰੇ ਹਾਂ, ਸੱਚੀ ਗੱਲ ਦੱਸ ਯਾਰ, ਹਾਂ ਤੈਨੂੰ ਸੱਚੀ ਠੰਡ ਲੱਗਦੀ ਹੈ? ਉਹ ਬਾਈ ਠੰਡ ਆ ਯਾਰ, ਤੈਨੂੰ ਠੰਡ ਸ਼ੱਕ ਆ ਯਾਰ ਕੋਈ, ਕਿਉਂ ਜੀ ਗੱਲਾਂ ਕਰੀ ਜਾਂਦਾ ਯਾਰ, ਤੂੰ ਕਿਤੇ ਪਾਗਲ ਪੂਗਲ ਖਾਨੇ 'ਚ ਤਾਂ ਨਹੀਂ ਆਇਆ? ਬੋਲੀਆਂ ਵਾਲਿਆਂ ਯਾਰ, ਉਹ ਬੌਲਾ ਹੋ ਗਿਆ ਯਾਰ ਤੂੰ, ਇਹਦੇ ਬਿਜਲੀ ਬਿਜਲੀ ਲਵਾ ਬਾਈ ਕਿਤੋਂ। ਹੋਰ ਯਾਰ ਫੋਨ ਯਾਰ, ਇੱਕ ਤਾਂ ਊ ਠੰਡ ਵਾਲੀ ਆ, ਉੱਤੋਂ ਤੂੰ ਦਿਮਾਗ ਖਾਈ ਜਾਂਦਾ ਬਿਨਾਂ ਗੱਲ ਤੋਂ ਯਾਰ, ਹੱਥ ਪੈਰ ਸੁੰਗੜੀ ਜਾਂਦੇ ਆ, ਇਹਨੂੰ ਗਰਮੀ ਲੱਗਦੀ ਆ ਲੈ। ਠੰਡ ਹੋਈ ਹੋਈ ਪਈ ਆ, ਆ ਜਾਓ ਸੇਕ ਲਓ ਸੇਕ ਲਓ, ਜਿਹੜਾ ਸੇਕੂਗਾ ਉਹੀ ਬਚੂਗਾ।
ਸੇਕੋ ਕਿਤੇ ਤੈਨੂੰ ਨਾ ਕੰਮ ਵਾਲਾ ਤਾਪ ਚੜ ਦੇ ਸੇਕ ਲਾ ਖਾਧਾ ਹੋਇਆ ਤੇਰਾ ਪਤਾ ਨੀ ਟਰਮਾ ਤੋੜ ਗੋਲੀਆਂ ਖਾ ਕੇ ਅੰਨੇ ਹੋ ਫਿਰਦੇ ਰਹਿੰਦੇ ਨੇ ਸੇਕ ਲਾ ਸੇਕ ਲਾ ਸੇਕ ਲਾ ਹੱਥ ਕਰ ਲੱਗ ਗਈ ਸੇਕ ਲਾ ਚੰਗੀ ਡਰ ਨਾ ਹਰ ਵਾਰ ਨਵੇਂ ਪ੍ਰੈਂਕ ਨਾਲ ਮਿਲਾਂਗੇ, ਅਗਲੀ ਵਾਰ ਫੇਰ ਅਸੀਂ ਪ੍ਰੈਂਕ ਲੈ ਕੇ ਆਵਾਂਗੇ ਘੈਂਟ ਜਾ। ਵੀਡੀਓ ਸ਼ੇਅਰ ਕਰ ਦਿਓ ਤਾਂ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਿਓ। ਹਾਂ, ਆਪਦੇ ਫਰੈਂਡਾਂ ਨੂੰ ਤੁਸੀਂ ਵੀ ਟੈਗ ਕਰੋ, ਉਹਨਾਂ ਨਾਲ ਵੀ ਪ੍ਰੈਂਕ ਕਰੋ। ਥੈਂਕ ਯੂ ਜੀ।